ਇਸ ਜਗ੍ਹਾ ਤੇ ਬਹਿ ਕੇ ਸਾਨੂੰ ਸੀਨ ਸਮਝਾਇਆ ਜਨਾ ਜੀ ਜੀ ਭਾਈ ਮੈਂ ਤੁਹਾਨੂੰ ਸੀਨ ਸਮਝਾਇਆ ਜੀ ਜੀ ਮੈਨੂੰ ਵੀ ਤੁਸੀਂ ਦੱਸਿਆ ਬਾਹ ਫੜਨੀ ਜੀ ਜੀ ਇਹ ਗੱਲ ਸੁਣ ਰਹੀ ਸੀ ਜੀ ਜੀ ਸਰ ਸੁਣ ਕਿ ਉਦੋਂ ਡੋਰੀ ਸੀ ਨੂੰ ਗੱਲ ਨਹੀਂ ਸੁਣੀ ਮੈਂ ਸੁਣਾ ਜਾਂ ਨਾ ਸੁਣਾ ਇਹ ਸੀਨ ਕਿੱਥੋਂ ਪਾ ਲਿਆ ਵਿੱਚ ਬਾਹ ਤੂੰ ਉਦੋਂ ਕਿਉਂ ਨਹੀਂ ਕਹਿ ਸਕੀ ਕਿ ਮੈਂ ਸੀਨ ਨਹੀਂ ਕਰਨਾ ਤੂੰ ਬਾਹ ਮੈਨ ਕਿਉਂ ਤੂੰ ਉੱਥੇ ਕਿਉਂ ਸੀਨ ਡਿਸਟਰਬ ਕੀਤਾ ਸਾਰਾ ਮੇਰਾ ਮਾਈਂਡ ਹੀ ਖਰਾਬ ਕਰਤਾ ਪੜ ਕੇ ਨਹੀਂ ਹੋਣ ਮੈਂ ਨਾ ਬਦਤਮੀਜ਼ੀ ਕੀਤੀ ਮੈਂ ਜੁੱਤੀਆਂ ਲਾ ਕੇ ਇਹਨੂੰ ਮਾਰਨੀ ਹੈ ਓਏ ਇੱਕ ਮਿੰਟ ਖਲੋ ਨਹੀਂ ਇੱਕ ਮਿੰਟ ਕੀ ਗੱਲ ਹੈ ਸੁਖੀ जिस तरह के मैं तुहानू पिछले पार्ट विच दस्या ही कि फीदा भट्टी जिहड़ी है वह थोड़ी जी सैको टैप है कम उन्हें टीवी ड्रामे च बड़ा जिहा कीता है पर उन्हें फिल्म की समझ ही नहीं लग रही तो तुहानू इस पार्ट विच पता लगेगा कि की मामला तो बन गया तो की करना चाह रही है क्योंकि साढ़े सीन पर सीन बन गए ने हीर रांझे दे ते एक नया फनकार नवा आर्टिस्ट उहदी भी उहदे नाल नहीं पई बनदी ते वीडियो बड़ी मज़ेदार है तो तुहाडा दिल तो शुक्रिया तुसीं एडा कीमती वक्त कढ़ के तुसीं समुंदरी घोड़े की फिल्म पर वेंदे हो तो तुहाडा दिल तो मैं शुक्रिया अदा करना वा जिन्ने भी दोस्त ने जिते जिते भी रहिंदे ने ते चैनल ज़्यादा तो ज़्यादा फॉलो करिया जे मिलने असीं नैक्सट पार्ट विच पाकिस्तान जिंदाबाद असीं वेले लोग असीं वेले ਅਸੀਂ ਵੇਲੇ ਲੋਕ ਵੇਲੇ ਗੱਲ ਯਾਰ ਕੋਈ ਕਰਨ ਵਾਲੀ ਸਹੀ ਮਕਾਤੀਆਂ ਸਾਰੀਆਂ ਫੜ ਕੇ ਇਹਨਾਂ ਨੇ ਤਮੀਜ਼ ਨਹੀਂ ਹੈਗੀ ਇਹਨਾਂ ਨੂੰ ਇਹਨਾਂ ਨੂੰ ਅਬਾ ਅਬਾ ਭਾਅ ਜੀ ਮੇਰੀ ਗੱਲ ਇੱਕ ਮਿੰਟ ਭਾਅ ਜੀ ਮੇਰੀ ਗੱਲ ਸੁਣੋ ਸਰ ਮਾਜ਼ਰਤ ਭਾਅ ਜਾਨ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਵੀ ਇਹ ਇੱਕ ਸੀਨੀਅਰ ਆਦਮੀ ਹੈ ਠੀਕ ਹੈ ਤੁਸੀਂ ਥੋੜ੍ਹਾ ਜਿਹਾ ਖਿਆਲ ਕਰ ਲਵੋ ਕਿਸੇ ਨਾਲ ਤੁਹਾਡੀ ਵੀ ਨਹੀਂ ਬਣਦੀ ਭਾਅ ਜੀ ਮੈਂ ਮਾਜ਼ਰਤ ਕਰਨਾ ਸਰ ਥੋੜ੍ਹੀ ਜੀ ਮਾਜ਼ਰਤ ਹੈ ਇਸ ਜਗ੍ਹਾ ਤੇ ਬਹਿ ਕੇ ਸਾਨੂੰ ਸੀਨ ਸਮਝਾਇਆ ਜਨਾ ਜੀ ਜੀ ਭਾਈ ਮੈਂ ਤੁਹਾਨੂੰ ਸੀਨ ਸਮਝਾਇਆ ਜੀ ਜੀ ਮੈਨੂੰ ਵੀ ਤੁਸੀਂ ਦੱਸਿਆ ਬਾਹ ਫੜਨੀ ਜੀ ਜੀ ਇਹ ਗੱਲ ਸੁਣ ਰਹੀ ਸੀ ਜੀ ਜੀ ਸਰ ਸੁਣ ਕਿ ਉਦੋਂ ਡੋਰੀ ਸੀ ਨੂੰ ਗੱਲ ਨਹੀਂ ਸੁਣੀ ਮੈਂ ਸੁਣਾ ਜਾਂ ਨਾ ਸੁਣਾ ਇਹ ਸੀਨ ਕਿੱਥੋਂ ਪਾ ਲਿਆ ਵਿੱਚ ਬਾਹ ਫੜਨੀ ਤੂੰ ਉਦੋਂ ਕਿਉਂ ਨਹੀਂ ਕਹਿ ਸਕੀ ਕਿ ਮੈਂ ਸੀਨ ਨਹੀਂ ਕਰਨਾ ਤੂੰ ਬਾਹ ਮੈਨ ਕਿਉਂ ਫੜੀ ਤੂੰ ਤੇ ਕਿਉਂ ਸੀਨ ਡਿਸਟਰਬ ਕੀਤਾ ਸਾਰਾ ਮੇਰਾ ਮਾਈਂਡ ਹੀ ਖਰਾਬ ਕਰਤਾ ਪੜ ਕੇ ਮੇਰਾ ਮਾਈਂਡ ਖਰਾਬ ਕਰ ਦਿੱਤਾ ਤੈਨੂੰ ਸੈਂਸ ਹੀ ਨਹੀਂ ਹੈ ਕਿ ਔਰਤਾਂ ਦੀ ਬਾਹ ਮੈਡਮ ਜੀ ਉਹ ਇੱਕ ਮਿੰਟ ਮੇਰੀ ਗੱਲ ਸੁਣੋ ਮੈਡਮ ਜੀ ਸਮਝਾ ਲਓ ਮੈਂ ਤੁਹਾਨੂੰ ਕਹਿੰਨੇ ਆ ਮੈਡਮ ਜੀ ਇੱਕ ਮਿੰਟ ਖਲੋਵੋ ਤੇ ਸਹੀ ਉਹ ਦਿਮਾਗ ਕੰਮ ਕਰਦਾ ਬਹੁਤ ਸਹੀ ਮੇਰੀ ਗੱਲ ਸੁਣੋ ਇੱਕ ਮਿੰਟ ਬੈ ਤੇ ਸਹੀ ਨਾ ਮੈਡਮ मेरी गल सुनो मैं समझाना वा की समझाया के सीन समझाया नहीं है बार बार समझाया भाजी मैं मेरे का फसूल टाइम है ओ भाजी माजरत करना भाजी मैं तोडी गोडे नु हाथ लाना सर माजरत भाजी बैठो मैं समझाना वा भाजी नहीं मेरी गल सुनो मैडम जी सीनियर एक एक सीनियर आर्टिस्ट है ठीक है वो सीनियर है जो भी मैं काम कर रही हूं मेरे ना काम करे मेरा काम क्यों तू फाड़े ये केड़ा काम है मिंदा मैं तेरे ना गल नहीं कर रही मैंने कह मेरे ना गल करो ना इधर जाओ ना मैडम मुंह थले कर मुंह मैडम जी की करते हो पे एक सीनियर आर्टिस्ट है एक इंसान है मैं नहीं करना सा काम करना है पर ये केड़ा काम है नहीं ये बात थोड़ी ला के तो नहीं ला चला ही किधरे मेरी गल तो सुनो ना मैं समझाना वा एक मिनट मेहरबानी समझा लगा समझाना वा भाजी एक मिनट बहुत जिनी मैं बदतमीजी मैं तेरे नाल करनी दस दे अच्छा माजरत भाजी मैं समझाना वा बैठो तो सही पानी लिया एक मिनट सबर ते करो भाजी गल सुनो ਵੇਖੋ ਮੇਰੇ ਤੇ 3 ਘੰਟੇ ਦਾ ਆਇਆ ਮੈਂ ਤੇ ਉਦੋਂ ਤਾਂ ਤੁਹਾਨੂੰ ਪਾਣੀ ਚੇਤਾ ਨਹੀਂ ਆਇਆ ਹੁਣ ਤੁਹਾਨੂੰ ਪਾਣੀ ਪਿਆਣ ਦੀ ਪੈ ਗਈ ਹੈ ਥੋੜਾ ਜਿਹਾ ਠੰਡੇ ਤੇ ਹੋ ਨਾ ਭਾਈ ਠੰਡੇ ਹੋ ਆ ਭਾਈ ਪਾਣੀ ਪੀ ਆਵੇ ਪਰ ਮੈਂ ਨਹੀਂ ਪੀਣਾ ਆਵੇ ਬੈ ਬੈ ਪਾਣੀ ਪੀਓ ਤੁਸੀਂ ਪਾਣੀ ਪੀਓ ਪੀਓ ਭਾਈ ਧੋ ਗਈ ਹੈ ਭਾਈ ਪੀਓ ਮੈਂ ਕੂਲਰ ਲੁੱਡੋ ਲਿਆ ਕੇ ਅੱਛਾ ਮੇਰੀ ਗੱਲ ਤੇ ਸੁਣੋ ਮੇਰੀ ਹਾਤਰ ਖਿਦਮਤ ਮੈਂ ਬਾਰ ਬਾਰ ਕਹਿਣਾ ਮੈਂ ਤਮੀਜ਼ ਨਾਲ ਭਾਈ ਮੈਂ
ना एक मिनट समझा, पता नहीं मेरा। एक मिनट मेरी गल सुनो मैडम जी, इस तरह नहीं करीदा तुसी, मैं की करा मैनू दसो। की कीता? हां फड़ दे मैडम जी, फिल्म है ते की फड़ना मैनू दस। चलो भाजी मैं बाल फड़ने ने तेरे ਭਾਜੀ ਮੇਰੀ, ਮੈਂ ਦੱਸਾਂ ਕਿ ਹੀਰਵਨ ਇੱਕ ਮੇਨ ਰੋਲ ਇਹਨਾਂ ਦਾ, ਹੀਰ ਦਾ ਰੋਲ ਹੈ। ਮੈਂ ਤਾਂ ਤੇਰੇ ਹਰਾਣੇ ਨੂੰ ਮੇਨ ਰੱਖ ਲਈ, ਇਹਨੂੰ ਪਤਾ ਹੀ ਕੋਈ ਨਹੀਂ ਕਿਸੇ ਗੱਲ ਦਾ, ਛੋਟੇ ਵੱਡੇ ਤਮੀਜ਼ ਹੀ ਕੋਈ ਨਹੀਂ ਇਹਨੂੰ। ਭਾਜੀ ਸਮਝਾਵਾਂਗਾ, ਮੈਂ ਬੜੇ ਖਰਾਬ ਦਿਮਾਗ ਦੇ ਬੰਦੇ, ਮੇਰੇ ਕੋਲ ਖਾਣ ਹੈ ਨਹੀਂ। ਨਹੀਂ ਕੋਈ ਮੇਰਾ ਪਤਾ ਨਹੀਂ ਤੈਨੂੰ, ਕੀ ਕਰ ਲੈ ਤੂੰ, ਕੀ ਕਰ ਲੈ ਤੂੰ ਮੇਰਾ ਮੇਰੇ ਭਾਜੀ, ਪਤਾ ਨਹੀਂ ਮੈਂ ਕੀ ਕਰ ਲਾਂਗੀ। ਅੱਛਾ ਮੈਂ ਵੇਖੋ, ਇਹ ਵੇਖੋ ਹੁਣ ਮੈਂ ਫੇਰ ਇਹਨੂੰ ਪਤਾ ਮੈਂ। ਚਲੋ ਮੈਂ ਸਮਝਾਣਾ ਭਾਜੀ, ਬਵੋ ਇੱਕ ਮਿੰਟ ਤੁਸੀਂ ਤੇ ਬਵੋ ਨਾ ਮੈਡਮ। लड़ाई का दी साडी, चलो बाह नहीं फड़ेगा, चलो चलो सही है। मेरी गल तो सुनो ना, एक्टर लोग सीन की डिमांड मुताबिक काम कर रहे हैं। मैं भी एक्टर हां, मैं भी टीवी स्टार हां। केड़ी टीवी स्टार है तू? ते तू कहां हीरो है? ओ तेनू ओंज टीवी होई भाजी। मेरी गल मेरी मैडम जी, मेरी गल सुनो, माजरत कर लो। इन्हें मेरे ना काम करना, मैं नहीं ये काम करना, तुम बता। भाई माजरत कर लो, सारा माइंड खराब करता है एक्टर, माइंड तो। अच्छा भाई मैं कहन देया ना, एक मिनट सर, कहन लगा देखो मैडम जी, हुन सीन दे विच सीन फसे है, ही तुसी हीरो रांझा जिहड़ा सुपरस्टार एक तुहाडी उहदे नाल भी नहीं। मैं सिर्फ तुहानू इन्ना दस्सिया सी कि उह थोड़ा जिहा बदतमीज़ है, ਤੁਸੀਂ ਉਸ ਤੋਂ ਵੱਡੇ ਨਿਕਲ ਆਏ ਹੋ ਬਦਤਮੀਜ਼। ਹਰ ਬੰਦੇ ਨਾਲ ਤੁਸੀਂ ਬਦਤਮੀਜ਼ੀ ਕਰ ਰਹੇ ਹੋ, ਅੱਛੀ ਗੱਲ ਤੇ ਨਹੀਂ। ਮੈਂ ਨਹੀਂ ਕਰਦੀ ਵੀ, ਤੁਸੀਂ ਜਿਹੜਾ ਵੀ ਐਕਟਰ ਬਦਤਮੀਜ਼ ਤੋਂ ਬਦਤਮੀਜ਼ੀ ਕਰਦੇ, ਤੁਹਾਨੂੰ ਹੋਰ ਕੋਈ ਚੱਜ ਦਾ ਬੰਦਾ ਨਹੀਂ ਲੱਭਦਾ। ਨਹੀਂ ਉਹ ਸੁਪਰਸਟਾਰ ਨਹੀਂ ਹੋਵੇ। ਸੁਣ ਲਿਓ ਗੱਲਾਂ ਤੁਸੀਂ ਮੈਨੂੰ, ਸੁਣ ਲੈ ਤੂੰ ਵੀ, ਸੁਣ ਲੈ ਮੈਂ ਉਹਨਾਂ ਨੂੰ ਭਾਈ। ਅੱਛਾ ਮੇਰੀ ਗੱਲ, ਤੁਸੀਂ ਮਾਜ਼ਰ ਮੇਰੇ ਆਸੇ ਮਾਜ਼ਰਤ ਕਰ। ਮੈਂ ਕਿਉਂ ਮਾਫੀ ਮੰਗਾ? ਮੇਰੀ ਮਾਫੀ ਮੰਗਦੇ ਜੁੱਤੀ ਮੇਰੇ ਆਸੇ। ਦੇਖੋ ਫਿਲਮ ਨੂੰ ਅਸੀਂ ਮਕਾਨਾ ਨਹੀਂ, ਮਾਜ਼ਰਤ ਕਰ ਲਓ ਮੇਰੇ ਆਸੇ, ਤੁਹਾਡੀ ਮਿਹਰਬਾਨੀ। ਉਹ ਵੀ ਮੇਰੇ ਕੋ ਮਾਫੀ ਮੰਗੇ? ਨਹੀਂ ਤੁਸੀਂ ਹੱਥ ਚੁੱਕਿਆ ਹੈ, ਕਿਉਂ ਫੜੀਏ? ਅੱਛਾ ਬਾ ਬਾ ਅੱਛਾ ਬਾ ਗੱਲ ਕਰ ਸਕਣੀ ਹੈ ਤੂੰ? ਮੈਂ ਚਪੇੜਾ ਮਾਰੀ ਹੈ, ਮੇਰੇ ਕੱਪੜੇ ਨਹੀਂ ਹੈ ਤੂੰ? ਅੱਛਾ ਜੀ ਤੂੰ ਸਭ ਆਇਆ ਵੇ ਸੀਨ ਜੀ, ਮੈਂ ਉਹਨਾਂ ਨੂੰ ਕਹਿ ਰਿਹਾ। ਅੱਛਾ ਮੇਰੀ ਗੱਲ ਤੇ ਸੁਣੋ, ਮੇਰੀ ਗੱਲ ਤੇ ਸੁਣੋ, ਮੇਰੀ ਭੈਣ ਗੱਲ ਸੁਣ, ਮੇਰੀ ਫਿਲਮ ਮਕਾਨੀ ਹੈ ਕਿ ਨਹੀਂ? ਮਕਾਨੀ ਹੈ ਫਿਲਮ, ਮਕਾਨ ਹੀ ਅਸੀਂ ਆਏ ਪਰ। ਚਲੋ ਤੁਸੀਂ ਮਾਜ਼ਰ, ਮੇਰੀ ਖਾਤਰ ਇੱਕ ਦਫਾ ਮਾਜ਼ਰਤ ਕਰ ਲਵੋ, ਕਿਉਂਕਿ ਉਹਨਾਂ ਦਾ ਮੇਨ ਵਿੱਚ ਰੋਲ ਹੈ ਕੈਦੂ ਦਾ, ਤੁਹਾਡੀ ਮਿਹਰਬਾਨੀ। ਮੈਂ ਮੰਗਾਂਗੀ ਤੇ ਉਹਨੂੰ ਵੀ ਮੰਗਣੀ ਪਏਗੀ? ਨਹੀਂ ਉਹ ਸੀਨੀਅਰ ਆਰਟਿਸਟ ਸੀਨੀਅਰ ਹੋਵੇ ਦਾ, ਸਾਨੂੰ ਕੀ ਸੀਨੀਅਰ ਨਾਲ? ਨਹੀਂ ਉਹ ਸੀਨੀਅਰ ਇੱਕ ਆਰਟਿਸਟ ਸੀ, ਸੀਨੀਅਰ ਆਰਟਿਸਟ ਸੀ ਨਾ, ਇਹੀ ਤੇ ਗੱਲ ਹੈ ਤੁਹਾਡੀ ਕੁੜੀਆਂ ਹੀਰਵਨਾਂ ਦੇ ਵਿੱਚ ਤੁਹਾਨੂੰ ਛੋਟੇ ਵੱਡੇ ਪਛਾਣ ਨਹੀਂ ਰਹਿ ਗਈ। ਹੱਲੇ ਮੈਡਮ ਜੀ ਮੈਂ ਸਹੀ ਕਹਿ ਰਿਹਾ, ਤੁਹਾਨੂੰ ਪਹਿਚਾਣ ਨਹੀਂ ਹੈ, ਤੇ ਸੀਨੀਅਰ ਆਰਟਿਸਟ ਹੈ, ਉਹਦੀ ਇੱਜ਼ਤ ਕਰੋ। ਵੇਖੋ ਹੀਰਵਨ ਨੇ ਸੋਰੀ ਕਰ ਦਿੱਤੀ ਨਾ, ਮੈਂ ਵੀ ਸੋਰੀ ਕਰਨਾ ਸਰ ਜੀ। ਵੇਖੋ ਨਾ ਮੇਨ ਤੁਹਾਡਾ ਰੋਲ ਹੈ ਕੈਦੋ ਦਾ, ਸੋਰੀ ਭਾਜੀ ਨੇ ਕਰਨਾ, ਮੈਂ ਤੁਹਾਡੇ ਗੋਡੇ ਨੂੰ ਹੱਥ ਲਾ ਰਿਹਾ। ਮਿਹਰਬਾਨੀ ਸਰ, ਮੈਨੂੰ ਕਹਿ ਰਹੇ ਨੇ ਵੇਖੋ ਜੀ, ਮੈਂ ਉਹਨਾਂ ਨੂੰ ਲੈ ਕੇ ਆਇਆ ਨਾ, ਤੁਹਾਨੂੰ ਵੀ ਮੈਂ ਲੈ ਕੇ ਆਇਆ ਸਰ ਜੀ। ਆਓ ਜ਼ਰਾ ਮਾਜ਼ਰਤ ਸਰ, ਸਰ ਸੀਨ ਕਰੀਏ ਸਰ ਜੀ, ਆ ਜਾਓ ਹੀਰ ਨੂੰ ਲੈ ਕੇ ਆਓ, ਆ ਜਾਓ ਸਰ ਜੀ, ਮਾਜ਼ਰਤ ਸਰ ਜੀ। ਵੇਲੇ